ਲਓ ਮੰਨੇ ਲਾਲ ਪੁਰੀਆ ਮੇਰੇ ਮਿੱਤਰੋ ਦੇਖੋ ਕੱਦ ਵੇਖ ਕੇ ਭੁੱਖ ਲੱਥਣ ਵਾਲੀ ਗੱਲ ਹੈ ਔਰ ਜੱਗ ਜਹਾਨੀ ਚਰਚੇ ਹੈ ਸੈਂਟਰ ਵੈਲੀ ਦੀ ਖੇਡ ਕਲੱਬ ਦਾ ਮੇਨ ਧਾਵੀ ਹੈ ਜਿਹਦੇ ਜਗਰੂ ਸਿੱਧੂ ਜੇ ਸਿੰਘ ਔਰ ਹੈਰੀ ਕੱਲ ਉਹ ਮਾਰ ਕਰਦਾ ਇੱਕ ਹਜ਼ਾਰ ਰੁਪਇਆ ਹੋਣਾ ਤੇ ਸਾਹਮਣੇ ਸੰਦੀਪ ਸੰਧੂ ਗਲੇਡੀਏਟਰ ਹੈ ਤੇ ਪੁਆਇੰਟ ਸਮੇਂ ਮੰਨੇ ਦੇ ਹਿੱਸੇ ਜਿੰਨੇ ਜਫੇ ਯੂ ਐਸ ਏ ਵਾਲਾ ਬਾਈ ਜੇ ਕਹਿੰਦਾ ਇੱਕ ਹਜ਼ਾਰ ਰੁਪਏ ਦੀ ਕਬੱਡੀ ਆ ਇੱਕੋ ਹਜ਼ਾਰ ਰੁਪਏ ਦੀ ਕਬੱਡੀ ਆ ਮੰਨਾ ਲਾਲ ਪੁਰੀਆ ਮੇਰੇ ਮਿੱਤਰੋ ਇਸ ਸਮੇਂ ਰੇਡ ਪੌਦਾ ਹੋਇਆ ਸਾਹਮਣੇ ਤੁਗਾ ਵਾਲਾ ਤੇ ਦੂਜੇ ਬਣੇ ਸੱਤੀ ਦਰਬੇ ਵਾਲਾ ਤੇ ਇੱਕ ਹਜ਼ਾਰ ਛੇ ਵੱਲੋਂ ਹੈ ਸਨੀ ਕੋ ਸਾਹਮਣੇ ਕਬੱਡੀ ਪਾਉਣ ਦੇ ਲਈ ਲਾਲਪੁਰ ਦੀ ਧਰਤੀ ਦਾ ਅੱਗੇ ਬਲ ਵਾਧਾ ਹੋਇਆ ਤੇ ਦੂਜੇ ਪਾਸੇ ਨੰਗਲਮੇ ਦੇ ਸੰਦੀਪ ਸਿਆ ਮਨੀ ਕਹਿੰਦਾ ਆਸਟ੍ਰੇਲੀਆ ਵਾਲਾ ਉਹ ਕਹਿੰਦਾ ਇੱਕ ਹਜ਼ਾਰ ਮੇਰੇ ਵੱਲੋਂ ਤੇ ਇੱਕ ਹਜ਼ਾਰ ਜਗਰੂਪ ਸਿੱਧੂ ਵੱਲੋਂ ਮੇਰੇ ਵੀਰਿਓ ਇੱਕ ਹਜ਼ਾਰ ਜਗਰੂਪ ਸਿੱਧੂ ਵੱਲੋਂ ਆਕੜਾ ਰੇਡਰ ਦਾ ਬਨਦੀਪ ਸਿੰਘ ਦਿਓਲ ਪਿੰਡ ਦੇ ਅੱਗੇ ਵੱਲ ਵਾਧਾ ਹੋਇਆ ਮੈਂ ਵੀ ਖੁਸ਼ੀ ਇੱਕ ਹਜ਼ਾਰ ਦੇਣਾ ਬਾਈ ਕਮਲ ਨੇ ਬਾਈ ਸ੍ਰੀ ਘੋੜੀਏ ਨੇ ਇੱਕ ਹਜ਼ਾਰ ਬਾਈ ਜਗਰੂਪ ਸਿੱਧੂ ਯੂ ਐਸ ਏ ਵਾਲਾ ਦਾ ਬਾਬੂ ਸਿੰਘ ਸਾਡੇ ਯੂ ਐਸ ਏ ਵਾਲਾ ਵੱਲੋਂ ਵੱਡੇ ਮਾਣ ਮਿਲਦੇ ਆ ਪਰ ਆਂਗੜਾ ਲਾਲ ਪੁਰੀਆ ਮੰਨਾ ਆਪਣੀ ਟੀਮ ਲਈ ਜੇ ਬਾਈ ਬੰਨਾ ਕਬੱਡੀ ਪਾਉਣ ਦੇ ਲਈ ਤੁਕਾ ਮਾਰਿਆ ਉਹ ਤਿੰਨ ਹਜ਼ਾਰ ਰੁਪਈਆ ਦਵਾਉਂ ਜੱਫੇ ਦਾ ਤਿੰਨਾ ਤਿੰਨ ਹਜ਼ਾਰ ਜੇ ਦਰਸ਼ਕਾਂ ਨੇ ਤਾੜੀ ਤੇ ਲਲਕਰਾ ਵੱਧ ਮਾਰਦਾ ਬਾਈ ਜਗਰੂਪ ਸਿੱਧੂ ਕਹਿੰਦਾ ਮੇਰੇ ਵੱਲੋਂ ਦਰਸ਼ਕਾਂ ਦੇ ਨਾਂ ਤੇ ਹਜ਼ਾਰ ਹੋਰ ਲਾ ਲਈ ਸੰਧੂਆ ਸਾਹਮਣੇ ਤੱਕ ਰਿਹਾ ਇੱਕ ਪਾਸੇ ਸੰਦੀਪ ਨੰਗਲਮੀਆਂ ਦਾ ਤੇ ਦੂਜੇ ਪਾਸੇ ਬੰਨਾ ਬਾਈ ਵਾਹ ਇੱਕ ਹਜ਼ਾਰ ਫੇਰ ਉਂਗਲ ਖੜੀ ਕਰ ਦਿੱਤੀ ਆ ਜੇ ਬਾਈ ਨੇ ਕਿ ਇੱਕ ਹਜ਼ਾਰ ਮੰਨੇ ਚਲੋ ਜਵਾਨਾ ਪਾ ਕਬੱਡੀ ਬੰਨਾ ਕਹਿੰਦੇ ਲਾਲ ਪੁਰੀਆ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਾਧਾ ਹੋਇਆ ਉਰਲੇ ਪਾਸੇ ਸੱਤੀ ਦਿੜਵੇ ਵਾਲਾ ਤੇ ਨਾਲ ਧਿਆਨਾ ਦਿੜਵੇ ਵਾਲਾ ਤੇ ਨਾਲ ਖੁਸ਼ੀ ਖੁਸ਼ੀ ਤੁਕਾਂ ਵਾਲਾ ਪਰਲੇ ਪਾਸੇ ਕੋਚ ਹੈ ਇਹ ਹੈ ਸੱਤੀ ਪਰ ਅੰਕ ਲੀਡਰ ਦੇ ਜੇ ਸਿੰਘ ਵੱਲੋਂ ਇੱਕ ਹਜ਼ਾਰ ਰੁਪਇਆ ਫੇਰ